ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ਼ਕੀਏ ਪਤੇ ਇਸ ਗੁਰ ਨਾਨਕ ਦੇਵ ਜੀ ਵਾਢੀ ਦੇ ਵਿੱਚ ਸਾੜਿਆਂ ਨੂੰ ਜੀ ਆਇਆਂ ਨੂੰ ਔਰ ਵੈਲਕਮ ਗੁਰੂ ਮਹਾਰਾਜ ਦੀ ਬੜੀ ਆਪਾ ਕਿਰਪਾ ਬਖਸ਼ਿਸ਼ ਦਾ ਸਦਕਾ ਇਹ ਫੁਲਵਾੜੀ ਦੇ ਵਿੱਚ ਇੱਕ ਜੁਜੇ ਦੀ ਸਾਂਝ ਦੇ ਨਾਲ ਤੁਹਾਨੂੰ ਗੁਰੂ ਗਿਆਨ ਗੁਰੂ ਦਾ ਸੰਦੇਸ਼ ਔਰ ਗੁਰੂ ਦਾ ਉਦੇਸ਼ ਸਾਡੇ ਹਿਰਦਿਆਂ ਤੱਕ ਉਹ ਚੰਗਾ ਜੋ ਉਪਰ ਆਲਾ ਹੈ ਤਾਂ ਕਿ ਅਸੀਂ ਭਵ ਸਾਗਰ ਤੋਂ ਪਾਰ ਉੱسر ਸਕੀਏ ਇਹਦੇ ਵਿੱਚ ਲੜੀ ਵਿੱਚ ਅੱਜ ਦੀ ਜੋ ਕਲਾਸ ਸ਼ੇਅਰ ਕਰ ਰਹੇ ਹਨ ਸਾਡੇ ਵੀਰ ਹਰਿੰਦਰਪਾਲ ਸਿੰਘ ਜੀ ਜੋ ਕਿ ਬਹੁਤ ਹੀ ਵਿਦਵਾਨ ਔਰ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਗੁਰਮਤ ਦੇ ਇੱਕ ਮੁਨਾਰੀ ਹਨ ਜਿਨ੍ਹਾਂ ਨੇ ਜੋ ਚੇਅਰਮੈਨ ਹਨ ਇੰਸਟੀਚੂਟ ਆਫ ਗੁਰਮਤ ਸਟੱਡੀਜ਼ ਮਾਤਾ ਸੁੰਦਰੀ ਕਾਲਜ ਅਸੀਂ ਉਹਨਾਂ ਨੂੰ ਸਾਡਿਆਂ ਨੂੰ ਸੰਗਤ ਹੋਣ ਲੋ ਜੀ ਆਇਆਂ ਕਹਿੰਦੇ ਹਾਂ ਔਰ ਅੱਜ ਦੀ ਇੱਕ ਕਲਾਸ ਦੇ ਵਿੱਚ ਜਦੋਂ ਵੀਰ ਜੀ ਨਾਲ ਗੱਲ ਹੋਈ ਤੇ ਇਹ ਸੀ ਕਿ ਇਟਸ ਲਾਈਕ ਅ ਕਾਉਂਸਲਿੰਗ ਕਲਾਸ ਟੂ ਅੰਡਰਸਟੈਂਡ ਕਿ ਕੈਨੇਵਈ ਪਤਾ ਲੱਗੇ ਸਿਰਜ ਜੀ ਹੈ ਕਿਤਨੀ ਸੰਗਤ ਦੇ ਨਾਲ ਔਰ ਅਸੀਂ ਆਪਸ ਵਿੱਚ ਤਾਂ ਵੀ ਲੀਵ ਇਟ ਟੂ ਯੂ ਵੀਰ ਜੀ ਐਂਡ ਯੂ ਪਲੀਜ਼ ਇਨੀਸ਼ੀਏਟ ਟੁਡੇਸ ਕਲਾਸ ਐਂਡ ਸਦਰਨ ਅਜਾ ਗੁਰੂ ਮਹਾਰਾਜ ਦੇ ਉਸ ਮੈਂ ਕਹਾਂਗਾ ਖਜ਼ਾਨੇ ਵਿੱਚੋਂ ਕੁਝ ਕੁ ਚੀਜ਼ਾਂ ਸਾਡੇ ਨਾਲ ਕੱਢ ਕੇ ਸਾਂਝ ਕਰੋ ਅਵਲ ਟੂ ਯੂ ਵੀਰ ਖੈਰਿੰਦਰ ਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਰੂਪਿਆਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਨੂੰ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੈ ਕਿ ਮੈਂ ਤੁਹਾਡੀ ਇਸ ਸੰਗਤ ਦਾ ਇੱਕ ਹਿੱਸਾ ਬਣ ਰਿਹਾ ਆ ਸ਼ੁਰੂਆਤੇ ਹੋਈ ਸੀ ਕਿ ਮੈਨੂੰ ਮੇਜਰ ਸਾਹਿਬ ਨੇ ਫੋਨ ਤੇ ਕੰਟੈਕਟ ਕੀਤਾ ਸੀ ਚੰਦੇ ਸੀ ਕਿ ਜੋ ਅੱਜ ਅਸੀਂ ਆਪਣੇ ਆਸ-ਪਾਸ ਕੌਮੀ ਤੌਰ ਤੇ ਮਹਿਸੂਸ ਕਰ ਰਹੇ ਆ ਕਿ ਜਿਹੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਔਰ ਗੁਰੂ ਗੰਸਾਹਿਬ ਦੇ ਅਦਰਸ਼ਾਂ ਦੀ ਗੱਲ ਹੈ ਉਸ ਦੇ ਵਿੱਚ ਕਾਫੀ ਨਿਰਾਸ਼ਾ ਹੁੰਦੀ ਹੈ ਜਦੋਂ ਅਸੀਂ ਆਪਣੀ ਜਨਰੇਸ਼ਨ ਨੂੰ ਦੇਖਦੇ ਆ ਜਾਂ ਸਾਰੇ ਸਿਸਟਮ ਨੂੰ ਜੇ ਸਿਸਟਮ ਦੇ ਵਿੱਚ ਅਸੀਂ ਆ ਜਾਣੇ ਅਤੇ ਜਾਣੇ ਅਸੀਂ ਉਸ ਸਿਸਟਮ ਦੇ ਹਿੱਸੇ ਆ ਅ ਮੇਰਾ ਮੇਰੀ ਮੁਰਾਦ ਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਸੀ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸੀ ਸੰਸਥਾ ਹੈ ਜਿਸ ਸੰਸਥਾ ਦੇ ਆਹੀ এডਿਕੇਸ਼ਨ ਵੀ ਹੈ ਨਾ ਬਾਈ ਕਾਂ ਸਿੰਘ ਨੱਬਾ ਦੇ ਮਹਾਨ ਕੋਸ਼ਟ ਵਿੱਚ ਗੁਰਦੁਆਰੇ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਡੈਫੀਨੇਸ਼ਨ ਇਹ ਹੈ ਕਿ ਗੁਰਦੁਆਰਾ ਇੱਕ ਆਤਮਕ ਸ਼ਾਂਤੀ ਦਾ ਸੌਮਾਤਾ ਹੈ ਹੀ ਹੈ ਗੁਰਦੁਆਰਾ ਰੋਗੀ ਲਈ ਦਵਾਖਾਨਾ ਹੈ ਵਿਦਿਆਰਥੀ ਲਈ ਇੱਕ ਸਕੂਲ ਹੈ ਔਰ ਭੁੱਖੇ ਲਈ ਅੰਨਾਪੂਰਨਾ ਔਰ ਯਾਤਰੀ ਲਈ ਯਾਤਰੀ ਨਿਵਾਸ ਹੈ ਤੋ ਇਸ ਡੈਫੀਨੇਸ਼ਨ ਦੇ ਹਿਸਾਬ ਨਾਲ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਚਾਹੇ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਇਸ ਵਿੱਚ ਜਿੱਥੇ ਇੱਕ ਕਮੇਟੀ ਹਸਪਤਾਲ ਚਲਾਉਂਦੀ ਐ ਇਸ ਕਮੇਟੀ ਚ ਲੰਗਰ ਅ ਜੋ ਲੰਗਰ ਦੀ ਵਿਵਸਥਾ ਐ ਇੱਥੇ ਰਹਿੰਦੀ ਜਗ੍ਹਾ ਵੀ ਐ ਇੱਥੇ ਇਹਦੇ ਅੰਡਰ ਸਕੂਲ ਕਾਲਜ ਵੀ ਚੱਲ ਰਹੇ ਨੇ ਔਰ ਹਸਪਤਾਲ ਵੀ ਚੱਲ ਰਹੇ ਨੇ ਲੇਕਿਨ ਬੜੀ ਮਾਇੂਸੀ ਹੁੰਦੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਆ ਜਿਹੜੀ ਇਹ ਇੰਸਟੀਚਿਊਸ਼ਨ ਹੈ ਇਸ ਵਿੱਚ ਕਿੱਥੇ ਨਾ ਕਿੱਥੇ ਕੁਝ ਐਸੀਆਂ ਪ੍ਰਬੰਧਕੀ ਢਾਂਚੇ ਵਿੱਚ ਕੁਝ ਐਸੀਆਂ ਕਮੀਆਂ ਆਈਆਂ ਜਿਸ ਕਾਰਨ ਚਾਹੇ ਸਕੂਲ ਦੇਖ ਲਈਏ ਵਿਦਿਆ ਦੇ ਮੰਦਰ ਦੇਖ ਲਈਏ ਚਾਹੇ ਹਸਪੀਟਲ ਦੇਖ ਲਈਏ ਇਵਨ ਗੁਰਦੁਆਰੇ ਦੀ ਮਰਿਆਦਾ ਵੀ ਦੇਖ ਲਈਏ ਇਹ ਉਸ ਸਿਸਟਮ ਰਹੀ ਮੈਨੂੰ ਲੱਗਦਾ ਉਸ ਤਰ੍ਹਾਂ ਨਹੀਂ ਚੱਲ ਰਹੀ ਜਿਸ ਤਰ੍ਹਾਂ ਕਿ ਇੱਕ ਗੁਰਦੁਆਰਾ ਸੰਸਥਾ ਚੱਲਦੀ ਹੈ ਜਿਹੜੀ ਮੈਨੂੰ ਅ ਮੇਰੇ ਵੱਡੇ ਮੇਜਰ ਜਨਰਲ ਐਮ ਪੀ ਸਿੰਘ ਜੀ ਨੇ ਜਿਹੜੀ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਇਹਦੇ ਬڑے ਕਾਰਨ ਨੇ ਕਾਰਨ ਇਹ ਹੈ ਮੈਂ ਅਕਸਰ ਕਹਿਣਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਕਿੱਥੇ ਨਾ ਕਿੱਥੇ ਅਸੀਂ ਸਿਧਾਂਤਾਂ ਤੋਂ ਥੋੜੇ ਜੇ ਮੁਨਕਰ ਜੇ ਹੋ ਰਹੇ ਆ ਅ ਇਹ ਇਲੈਕਸ਼ਨ ਸਿਸਟਮ ਜਿਹੜਾ ਸਾਡੇ ਗੁਰਦੁਆਰੇ ਦੇ ਪ੍ਰਬੰਧ ਦਾ ਇਸ ਦਿਸ ਸਿਸਟਮ ਹੈਜ਼ ਰਿਊਨਡ ਅਸ ਉਹਦੇ ਲਈ ਜ਼ਰੂਰੀ ਸੀ ਸੰਗਤ ਚ ਅਵੇਅਰਨੈਸ ਦੀ ਸਾਡੇ ਤੁਹਾਡੇ ਰਾਹੀਂ ਇਹ ਅਵੇਅਰਨੈਸ ਜਾਣੀ ਚਾਹੀਦੀ ਸੀ ਔਰ ਮੈਨੂੰ ਇਹ ਸੱਚ ਜਾਨਣਾ ਮੈਨੂੰ ਸੱਚਮੁੱਚ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇਸ ਵੱਲ ਜੋ ਹੈ ਤੁਹਾਡਾ ਧਿਆਨ ਗਿਆ ਔਰ ਤੁਸੀਂ ਇਹ ਜ਼ੂਮ ਰਾਈ ਇੱਕ ਮੀਟਿੰਗ ਅਸੀਂ ਕਰ ਰਹੇ ਹਾਂ ਪਰਪਸ ਇਹ ਹੈ ਕਿ ਇੱਕ ਗੁਰਮਤ ਦਾ ਜਿਹੜਾ ਸਿਧਾਂਤ ਹੈ ਗੁਰਮਤ ਦੀ ਜਿਹੜੀ ਜੀਵਨ ਰਾਹ ਹੈ ਕਿਉਂਕਿ ਮੈਂ ਅਕਸਰ ਇਹ ਕਹਨਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਇੱਕ ਵੇ ਆਫ ਲਾਈਫ ਨੇ ਜੀਵਨ ਜਾਚ ਨੇ ਅਸੀਂ ਇਹ ਵੇ ਆਫ ਲਾਈਫ ਜੀਵਨ ਜਾਚ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਤੋਂ ਇਹਦੀ ਸਿਹਤ ਲੈਣੀ ਸੀ ਕਿੱਥੇ ਨਾ ਕਿੱਥੇ ਕੁਝ ਇਸ ਤਰ੍ਹਾਂ ਦੀਆਂ ਆ ਪ੍ਰਬੰਧਕੀ ਕਹਿ ਲਵਾਂ ਜਾਂ ਸਾਡੇ ਵਿੱਚ ਕਹਿ ਲਵਾਂ ਕੁਝ ਇਸ ਤਰ੍ਹਾਂ ਦੇ ਸਿਧਾਂਤਾਂ ਦੇ ਦੇ ਉਤੋਂ ਅਸੀਂ ਬਿਲਕੁਲ ਇਸ ਤਰ੍ਹਾਂ ਪਿੱਟ ਫੇਰ ਲਈ ਜਿਸ ਨਾਲ ਕਿ ਅਸੀਂ ਦੇਖ ਰਿਹਾ ਕਿ ਇਹ ਸਾਰਾ ਸਿਸਟਮ ਜਿਹੜਾ ਉਹ ਠੀਕ ਨਹੀਂ ਹੈ ਗੱਲ ਸਿਰਫ ਇੰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਸ਼ਬਦ ਗੁਰੂ ਕਹਿੰਨੇ ਆ ਔਰ ਇਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੀ ਸੰਸਥਾ ਨੂੰ ਇੱਕ ਐਸਾ ਸਾਨੂੰ ਇੱਕ ਸਿਧਾਂਤ ਦਿੱਤਾ ਸੀ ਜਿਸ ਸਿਧਾਂਤ ਤੋਂ ਕਿੱਥੇ ਨਾ ਕਿੱਥੇ ਅਸੀਂ ਦੂਰ ਹੋયા ਜਿਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਵੀ ਅਸੀਂ ਅੱਜ ਵੇਖ ਰਿਆਂ ਸਮਸਿਆਵਾਂ ਪ੍ਰੋਬਲਮਸ ਸ਼ਾਇਦ ਇਹ ਉਸ ਕਰਕੇ ਨੇ ਅ ਮੇਰਾ ਕਹਿਣਾ ਸਿਰਫ ਇਤਨਾ ਹੈ ਕਿ ਸ਼ਬਦ ਗੁਰੂ ਨੂੰ ਅਸੀਂ ਸਮਝ ਨਹੀਂ ਸਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਸੀ ਕਿ ਤੇਰਾ ਗੁਰੂ ਕੌਣ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੋਨ ਚੇਲਾ ਉਹਨੇ ਇਸ ਗੱਲ ਨੂੰ ਬੜਾ ਧਿਆਨ ਨਾਲ ਸਮਝਿਆ ਆਪਾਂ ਗੁਰੂ ਨਾਨਕ ਸਾਹਿਬ ਨੇ ਗੁਰੂ ਸ਼ਬਦ ਨੂੰ ਕਿਹਾ ਚੇਲਾ ਕਿਨੂੰ ਕਿਹਾ ਸੁਰਤ ਨੂੰ ਚੇਲਾ ਸਾਡੇ ਦੇ ਨੂੰ ਨਹੀਂ ਕਿਹਾ ਬਾਡੀ ਨੂੰ ਨਹੀਂ ਕਿਹਾ ਸੁਰਤ ਨੂੰ ਕਿਹਾ ਔਰੇ ਜਿਹੜੇ ਗੁਰਦੁਆਰੇ ਨੇ ਇਹ ਗੁਰੂ ਨਾਨਕ ਦੇ ਸਕੂਲ ਨੇ ਸਕੂਲ ਆਫ ਥੋਟ ਹੈ ਸਪਿਰਚੁਅਲ ਕਾਲਜ ਇਸ ਸੀ ਉਨ ਜਦੋਂ ਅਸੀਂ ਗੁਰਦੁਆਰੇ ਜਾਂਦੇ ਆ ਤੇ ਦੇ ਰੂਪ ਇਤ ਅਸੀਂ ਗਏ ਮੱਥਾ ਟੇਕਿਆ ਪ੍ਰਕਰਮਾ ਕੀਤੀ ਲੇਕਿਨ ਜਦ ਤੱਕ ਸ਼ਬਦ ਤੇ ਸੁਰਤ ਨਾਲ ਮੇਲ ਨਹੀਂ ਹੋਇਆ ਮੈਨੂੰ ਲੱਗਦਾ ਕਿ ਗੁਰੂ ਨਾਨਕ ਦੇ ਸਕੂਲ ਵਿੱਚ ਹਾਜ਼ਰੀ ਨਹੀਂ ਲੱਗੀ اٹੈਂਡੈਂਸ ਨਹੀਂ ਲੱਗੀ ਦੁਨਿਆਵੀ ਸਕੂਲਾਂ ਜਾਂਦੇ ਆ ਫਿਜ਼ੀਕਲੀ ਅਸੀਂ ਜਾ ਕੇ ਬੈਠ ਕੇ ਹਾਜ਼ਰੀ ਲੱਗ ਗਈ ਲੈਕਚਰ ਸੁਣਿਆ ਨਹੀਂ ਸੁਣਿਆ ਸ਼ਾਇਦ ਇਹਦੀ ਕੋਈ ਜ਼ਿਆਦਾ ਨਹੀਂ ਹੁੰਦਾ ਲੇਕਿਨ ਗੁਰਦੁਆਰੇ ਵਿੱਚ ਜਾ ਕੇ ਅਗਰ ਸ਼ਬਦ ਦੇ ਨਾਲ ਨਹੀਂ ਜੁੜੇ ਅਸੀਂ ਤਾਂ ਕਿੱਥੇ ਨਾ ਕਿੱਥੇ ਗੁਰੂ ਨਾਨਕ ਦੇਵ ਜੀ ਸਕੂਲੇ ਸਾਡੀ اٹੈਂਡੈਂਸ ਜੀ ਜਿਹੜੀ ਹੈ ਹਾਂ ਇੱਕ ਗੁਰਦੁਆਰੇ ਦੇ ਵਿੱਚ ਸੰਗਤ ਦਾ ਕਨਸੈਪਟ ਹੈ ਅਸੀਂ ਸੰਗਤ ਵਿੱਚ ਚਲੇ ਗਏ ਲੇਕਿਨ ਸੰਗਤ ਤੋਂ ਵੀ ਤਾਂ ਅਸੀਂ ਜਿਹੜੀ ਇਹ ਉਹ ਸਾਧ ਸੰਗਤ ਦਾ ਉਹ ਸਤ ਸੰਗਤ ਦਾ ਜਿਹੜਾ ਕਨਸੈਪਟ ਸੀ ਉਹਨੂੰ ਸਮਝਣਾ ਸੀ ਤਾਂ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਜਿਹੜਾ ਸਾਡਾ ਇੱਕ ਅੱਜ ਏਜ ਰਿਜ਼ੂਮ ਤੇ ਅਸੀਂ ਅੱਜ ਸਤ ਸੰਗ ਕਰ ਰਹੇ ਆ ਜਾਂ ਸਾਥ ਸੰਗਤ ਬੈਠੇ ਆ ਅਸੀਂ ਇਹਦੇ ਇਸ ਤਰਾਹੀ ਸਾਨੂੰ ਵਿਚਾਰ ਇਹ ਕਰਨਾ ਹੈ ਕਿ ਵਾਟ ਸ਼ੁਡ ਵੀ ਡੂ ਸਾਨੂੰ ਇੱਕ ਚੰਗਾ ਨਿਜ਼ਾਮ ਲਿਆਉਣ ਲਈ ਇੱਕ ਚੰਗਾ এনवायरमेंट ਕ੍ਰੀਏਟ ਕਰਨ ਲਈ ਕਿਉਂਕਿ ਮੈਂ ਅਕਸਰ ਕਹਿੰਨਾ ਕਿ ਯੂ ਕ੍ਰੀਏਟ ਦਾ এনवायरमेंट ਐਂਡ এনवायरमेंट विल ਡੂ ਦਾ ਜੌਬ ਸਾਨੂੰ ਉਹ এনवायरमेंट ਪਹਿਲੇ ਆਪਣੀਆਂ ਫੈਮਲੀਆਂ ਦੇ ਵਿੱਚ ਘਰਾਂ ਵਿੱਚ ਉਹ ਕ੍ਰੀਏਟ ਕਰਨਾ ਪਏਗਾ ਫਿਰ ਉਹ এনवायरमेंट ਸਮਾਜ ਵਿੱਚ ਕਮ ਵਿੱਚ ਜਾਏਗਾ ਔਰ ਫਿਰ ਆਟੋਮੈਟਿਕਲੀ ਇਹ এনवायरमेंट ਸਾਡੇ ਗੁਰਦੁਆਰੇ ਪ੍ਰਬੰਧ ਦੇ ਵਿੱਚ ਚਲਾ ਜਾਏਗਾ ਅੱਜ ਹਰ ਸਿੱਖ ਸੱਚ ਜਾਣਨਾ ਕਿ ਜਦੋਂ ਬੜੇ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਵੀ ਔਰ ਬਜ਼ੁਰਗਾਂ ਨੂੰ ਵੀ ਮਿਲਦੇ ਆ ਕਿੱਥੇ ਨਾ ਕਿੱਥੇ ਉਹ ਕੌਮ ਪ੍ਰਤੀ ਔਰ ਆਪਣੇ ਧਰਮ ਪ੍ਰਤੀ ਬੜੀ ਚਿੰਤਾ ਦੇ ਵਿੱਚ ਨੇ ਔਰ ਮੈਂ ਮੈਨੂੰ ਕਿਉਂਕਿ ਮੈਂ ਖੁਦ ਬੜਾ ਜਿਹੜਾ ਮੈਂ ਦੂਰ ਬੜੀ ਦੂਰ ਦੇਖਦਾ ਮੈਨੂੰ ਅੰਧੇਰਾ ਨਜ਼ਰ ਆਂਦਾ ਹੈ ਲੇਕਿਨ ਜਦੋਂ ਤੁਹਾਡੇ ਲੋਕਾਂ ਨਾਲ ਮੇਰੀ ਗੱਲ ਹੋਏ ਇੱਕ ਸਕੇਤ ਦੇ ਪ੍ਰਧਾਨ ਸਾਹਿਬ ਨੇ ਮੈਨੂੰ ਉਹਨਾਂ ਦਾ ਨਾਮ ਯਾਦ ਆ ਰਿਹਾ ਉਹਨਾਂ ਦਾ ਫੋਨ ਆਇਆ ਇੱਕ ਹਬੀਬ ਜੀ ਰਣਜੀਤ ਸਿੰਘ ਜੀ ਦਾ ਆਇਆ ਐਮਪੀ ਸਿੰਘ ਜੀ ਮੇਜਰ ਜਨਰਲ ਦੇ ਫੋਨ ਆਏ ਤਾਂ ਮੈਨੂੰ ਇੱਕ ਲੱਗਿਆ ਦੂਰੋਂ ਕੋਈ ਥੋੜੀ ਰੋਸ਼ਨੀ ਕਿ ਅਗਰ ਅਸੀਂ ਸਿਰ ਜੋੜ ਕੇ ਸ਼ਿੱਦਤ ਨਾਲ ਇਮਾਨਦਾਰੀ ਨਾਲ ਅਸੀਂ ਅਗਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸਾਹਮਣੇ ਰੱਖ ਕੇ ਜੁੜ ਕੇ ਬੈਠੀਏ ਔਰ ਸੋਚੀਏ ਕਿ ਅਸੀਂ ਕਿ ਇਸ ਮੁਹਾਜ਼ ਨੂੰ ਸ਼ੁਰੂ ਕਰਨਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਅੱਜ ਮੈਨੂੰ ਪੁੱਛਿਆ ਗਿਆ ਕਿ ਅੱਜ ਕੀ ਟੋਪਿਕ ਹੈ ਮੈਂ ਕਿਹਾ ਵੀ ਅੱਜ ਅਸੀਂ ਸਿਰਫ ਡਿਸਕਸ਼ਨ ਕਰੀਏ ਕਿ ਅਸੀਂ ਚਾਹ ਦੇ ਕਿਆਂ ਸਾਨੂੰ ਕਰਨਾ ਕੀ ਚਾਹੀਦਾ ਫਿਰ ਇਸ ਤੋਂ ਬਾਅਦ ਦੇ ਜਾਂ ਜਿੰਨੀਆਂ ਵੀ ਮੀਟਿੰਗਸ ਹੋਣਗੀਆਂ ਉਹਦੇ ਤੇ ਕੋਈ ਟੋਪਿਕ ਰੱਖ ਲਵਾਂਗੇ ਕਿਉਂਕਿ ਮੈਂ ਜਿਹੜਾ 14 ਸਾਲ ਤੋਂ ਗੁਰਮਤ ਕਾਲਜ ਚਲਾਇਆ ਸੀ ਸਾਚ ਮੰਨਾ ਮੈਂ ਜਪਜੀਤ ਸਾਹਿਬ ਦੇ ਉੱਤੇ ਪੀ ਐਚ ਡੀ ਕਰ ਰਿਹਾ ਹਾਂ ਅਜੇ ਮੇਰੀ ਕੰਪਲੀਟ ਹੋ ਗਈ ਲਗਭਗ ਫਰਵਰੀ ਮਾਰਚ ਤੱਕ ਮੈਂ ਥੀਸਿਸ ਦੇ ਦੇ ਆਂਗਾ ਤੇ ਮੇਰਾ ਕੰਮ ਪੜ੍ਹਾਈ ਲਿਖਾਈ ਦਾ ਸੀ ਮੇਰਾ ਕੰਮ ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਆਣਾ ਨਹੀਂ ਸੀ ਪਰ ਮੇਰੇ ਇੱਕ ਅੰਦਰੋਂ ਇੱਕ ਵਾਸ ਸੀ ਕਿ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਆ ਕੇ ਗੁਰਮਤ ਦਾ ਪਸਾਰ ਕਰਾਂਗਾ ਮੇਰਾ ਦਾਇਰਾ ਜਿਹੜਾ ਇਹ ਵਸਤੀ ਹੋ ਜਾਏਗਾ ਵੱਡਾ ਹੋ ਜਾਏਗਾ ਮੈਂ ਮੈਂਬਰ ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੱਚ ਜਾਨਣਾ ਮੈਂ ਇੱਕ ਬੜਾ ਵੱਡਾ ਇੱਕ ਇੱਕ ਪ੍ਰੈਕਟੀਕਲ ਕੀਤਾ ਸੀ ਉਹ ਐਸੀ ਕਿ ਮੈਂ ਇਲੈਕਸ਼ਨ ਵੀ ਇੱਕ ਲੜਿਆ ਔਰ ਯਕੀਨ ਮੰਨਣਾ ਮੈਂ ਉਸ ਇਲੈਕਸ਼ਨ ਵਿੱਚ ਕਿੱਥੇ ਵੀ ਇਹ ਨਹੀਂ ਕਿਹਾ ਕਿ ਮੈਨੂੰ ਵੋਟ ਦਿਓ ਮੈਂ ਵੀਓਟੀ ਵੋਟ ਆਪਣੇ ਕਿਸੇ ਵੀ ਬੈਨਰ ਦੇ ਵਿੱਚ ਕਿਸੇ ਵੀ ਕਿਤਾਬ ਦੇ ਵਿੱਚ ਵੋਟ ਸ਼ਬਦ ਹੀ ਨਹੀਂ ਸੀ ਲਿਖਿਆ ਮੈਂ ਸਿਰਫ ਇੱਕੋ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਇਰੇ ਸਿਧਾਂਤ ਨੇ ਮੈਂ ਘਰ-ਘਰ ਪਹੁੰਚਾਣਾ ਚਾਹਨਾ ਔਰ ਇੱਕ ਮੈਂ ਬੱਚਿਆਂ ਚ ਪੰਜਾਬੀ ਪਹੁੰਚਾਣਾ ਚਾਹਨਾ ਔਰ ਲੋਕਾਂ ਨੇ ਮੇਰੀ ਇਹ ਗੱਲ ਚੰਗੀ ਲੱਗੀ ਔਰ ਮੈਂ ਮੈਂਬਰ ਬਣਿਆ ਲੇਕਿਨ ਇਸ ਪ੍ਰਬੰਧ ਵਿੱਚ ਆ ਕੇ ਕਿੱਥੇ ਨਾ ਕਿੱਥੇ ਮੇਰੀ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਕੁਝ ਹੱਦ ਤੱਕ ਕਾਮਯਾਬ ਹੋਇਆ ਗੁਰਮਤ ਕਾਲਜ ਦੇ ਵਿੱਚ ਲੇਕਿਨ ਜਿਹੜੀ ਸੰਸਥਾ ਦੇ ਦੇ ਹਿਸਾਬ ਨਾਲ ਦੇਖਾਂ ਤਾਂ ਮੈਨੂੰ ਉਹ ਸਹਿਯੋਗ ਨਹੀਂ ਮਿਲਿਆ ਜਿਹੜਾ ਸਹਿਯੋਗ ਮਿਲਣਾ ਚਾਹੀਦਾ ਸੀ ਸੋ ਮੇਰਾ ਕਹਿਣਾ ਇਹ ਹੈ ਕਿ ਮੈਂ ਲਗਭਗ ਪਿਛਲੇ ਕੁਝ ਸਾਲਾਂ ਤੋਂ ਇੱਕ ਕੋਰਸ ਚਲਾਨਾ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਆਨ ਕੋਰਸ ਸਟੱਡੀ ਕੋਰਸ ਔਰ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਦੇ ਸਿਧਾਂਤਾਂ ਦੇ ਦੇ ਆਧਾਰ ਤੇ ਮੈਂ ਕੁਝ ਲੈਕਚਰ ਰੱਖੇ ਸੀ ਔਰ ਉਹਨਾਂ ਲੈਕਚਰਸ ਨਾਲ ਵੱਡੀ ਗੱਲ ਇਹ ਸੀ ਕਿ ਉਹਨਾਂ ਦੇ ਜਿਹੜੇ ਅਸੀਂ ਹੈਡਿੰਗ ਬਣਾਈ ਸੀ ਉਹ ਯੰਗ ਬੱਚਿਆਂ ਲਈ ਬਣਾਈ ਸੀ ਮਸਲਨ ਪਹਿਲਾ ਲੈਕਚਰ ਇਹ ਸੀ ਕਿ ਵਾਟ ਇਜ਼ ਧਰਮ ਵਾਟ ਇਜ਼ ਰਿਲੀਜੀਅਨ ਧਰਮ ਇਹ ਨਹੀਂ ਜਿਹੜਾ ਸਿੱਖ ਧਰਮ ਹੈ ਐਕਚੁਅਲੀ ਕੁਦਰਤ ਵਾਲਾ ਜਿਹੜਾ ਬ੍ਰਹਮੰਡ ਦਾ ਧਰਮ ਹੈ ਅਸੀਂ ਉਸ ਦੇ ਉੱਤੇ ਲੈਕਚਰ ਰੱਖਿਆ ਸੀ ਅਸੀਂ ਤਾਂ ਧਰਮ ਨੂੰ ਇੱਕ ਸਮਝ ਲੈਣਿਆ ਕਿਵੇਂ ਜਿਹੜੀ ਬਾਹਰਲੀ દેਖ ਹੈ ਇਹ ਸਾਡਾ ਧਰਮ ਹੈ ਲੇਕਿਨ ਧਰਮ ਗੁਰੂ ਨਾਨਕ ਦਾ ਧਰਮ ਜਿਹੜੀ ਸ਼ੁਰੂਆਤ ਹੋਈ ਸੀ ਉਹ ਕੁਝ ਹੋਰ ਸੀ ਔਰ ਮੇਰਾ ਇਹ ਮੰਨਣਾ ਹੈ ਕਿ ਜੇ ਸਿੱਖੀ ਨੂੰ ਸਮਝਣਾ ਸਿੱਖੀ ਨੂੰ ਸਮਝਣਾ ਤੇ ਸਾਨੂੰ ਗੁਰੂ ਨਾਨਕ ਨੂੰ ਸਮਝਣਾ ਬੜਾ ਜ਼ਰੂਰੀ ਹੈ ਤੇ ਗੁਰਨਾਨਕ ਸਾਹਿਬ ਤਾਂ ਕਹਿ ਰਹੇ ਨੇ ਧੋਲ ਧਰਮ ਦਇਆ ਕਾਪੂਤ ਸੰਤੋਖ ਥਾਪ ਰਖਿਆ ਜਨਸੂਤ ਇੱਕ ਮਿੱਥ ਸੀ ਨਾ ਕਿ ਇਸ ਧਰਤੀ ਨੂੰ ਕਿਸੇ ਧੋਲ ਨੇ ਕਿਸੇ ਬੈਲ ਨੇ ਚੁਕੇ ਗੁਰਨਾਨਕ ਸਾਹਿਬ ਕਹਿ ਰਹੇ ਨੇ ਕਿ ਨਹੀਂ ਇਸ ਧਰਤੀ ਨੂੰ ਕਿਸੇ ਬੈਲ ਨੇ ਨਹੀਂ ਚੁਕੇ ਇਸ ਧਰਤੀ ਨੂੰ ਧਰਮ ਨੇ ਚੁਕੇ ਹੋਇਆ ਕਿਹੜਾ ਧਰਮ ਦਇਆ ਕਾਪੂਤ ਜੋ ਸਨ ਆਫ ਕੰਪੈਸ਼ਨ ਨਾਲ ਕੀ ਕਿ ਹੈ ਕੰਟੈਂਟਮੈਂਟ ਜੇਰਾ ਇੰਟਰਕਨੈਕਟਿਡ ਜਿਹੜੀ ਦਇਆ ਇੰਟਰਕਨੈਕਟਿਡ ਹੈ ਕੰਟੈਂਟਮੈਂਟ ਨਾਲ ਸੰਤੋਕ ਨਾਲ ਧਰਮ ਹੋਇਆ ਹੁਣ ਇੱਥੋਂ ਹੀ ਸਮਝ ਜਾਣਾ ਚਾਹੀਦਾ ਕਿ ਜੇ ਅਸੀਂ ਅ ਅੰਮ੍ਰਿਤ ਵੀ ਛਕ ਲਿਆ ਜੇ ਅਸੀਂ ਅ ਸਰੂਪ ਵੀ ਪੂਰਾ ਸਾਡਾ ਸਿੱਖੀ ਵਾਲਾ ਪਰ ਦਇਆ ਤੇ ਸੰਤੋਖ ਨਹੀਂ ਹੈ ਤਾਂ ਕਿੱਥੇ ਨਾ ਕਿੱਥੇ ਅਸੀਂ ਉਸ ਧਰਮ ਨੂੰ ਵਾਇਲਟ ਕਰ ਰਹੇ ਹਾਂ ਤਾਂ ਮੇਰਾ ਮੰਨਣਾ ਹੈ ਕਿ ਸਾਡਾ ਪਹਿਲਾ ਲੈਕਚਰ ਹੀ ਧਰਮ ਦਾ ਫਿਰ ਸੇਵਾ ਕੀ ਹੈ ਸੰਗਤ ਪੰਗਤ ਕੀ ਹੈ ਫਿਰ ਜਿੰਦੇ ਜੀ ਮੁਕਤ ਹੋਣਾ ਦਾ ਸਬਜੈਕਟ ਫਿਰ ਇੱਕ ਸਬਜੈਕਟ ਬਟ ਇਸ ਤਰ੍ਹਾਂ ਦੇ ਪੰਜ ਛੇ ਬਾਣੀਆਂ ਸੀ ਸੁਖਮਨੀ ਸਾਹਿਬ ਆਸਾ ਕੀ ਵਾਰ ਜਪਜੀ ਸਾਹਿਬ ਤੋਂ ਮੈਨੂੰ ਉਹ ਜਿਹੜਾ ਇਹ ਕੋਰਸ ਕੀਤੇ ਅਸੀਂ ਲਗਭਗ 29 ਕੋਰਸ ਕੀਤੇ ਔਰ ਲਗਭਗ 14000 ਦੇ ਕਰੀਬ ਦਿੱਲੀ ਤੋਂ ਬਾਹਰੋਂ ਸਟੂਡੈਂਟਸ ਨੇ ਸਾਡਾ ਇਹ ਕੋਰਸ ਕੀਤਾ ਹੈ ਮਾਤਾ ਸੁੰਦਰੀ ਕਾਲਜ ਵਿੱਚ ਕਰਦੇ ਸੀ ਐਂਡ ਯੂ ਬਲੀਵ ਮੀ ਕਿ ਮੈਂ ਇਸ ਲੈਬੋਰਟਰੀ ਦੇ ਵਿੱਚ ਮੈਂ ਦੇਖਿਆ ਕਿ ਮੈਂ ਚੇਂਜ ਦੇਖਿਆ ਮੈਂ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਦਲਦੀਆਂ ਦੇਖੀਆਂ ਖਾਸ ਕਰਕੇ ਜਿਹੜੇ ਡਿਪਰੈਸ਼ਨ ਦੇ ਬੱਚੇ ਸੀ ਉੱਥੋਂ ਇੱਥੋਂ ਠੀਕ ਹੋ ਕੇ ਗਏ ਸਿਰਫ ਤੇ ਸਿਰਫ ਅਸੀਂ ਕੋਈ ਕੈਪਸੂਲ ਨਹੀਂ ਦਿੱਤੇ ਸਿਰਫ ਤੇ ਸਿਰਫ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਬਾਰੇ ਅੱਜ ਦੇ ਬੱਚਿਆਂ ਨੂੰ ਜਿਹੜੀ ਭਾਸ਼ਾ ਅੱਜ ਦੇ ਬੱਚਿਆਂ ਨੂੰ ਸਮਝ ਆਂਦੀ ਉਸ ਭਾਸ਼ਾ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਉਹਨਾਂ ਤੱਕ ਪਹੁੰਚਾਈ ਔਰ ਉਹਨਾਂ ਨੇ ਉਹਨੂੰ ਫਾਲੋ ਕੀਤਾ ਔਰ ਮੈਂ ਅਕਸਰ ਕਹਿਣਾ ਕਿ ਬਾਣੀ ਨੂੰ ਪੜਨਾ ਇਸ ਨਾਟ ਇਨਫ ਕਿਉਂਕਿ ਮੇਰਾ ਮੰਨਣਾ ਹੈ ਕਿ ਰੀਡ ਦਾ ਲਾਈਨ ਰੀਡ ਬੀਟਵੀਨ ਦਾ ਲਾਈਨ ਰੀਡ ਬਿਹਾਈਂਡ ਦਾ ਲਾਈਨ ਬਾਣੀ ਜਿਹੜੀ ਹੈ ਬਿਹਾਈਂਡ ਦੀ ਲਾਈਨ ਹੈ ਗੁਰੂ ਸਾਹਿਬ ਸਾਨੂੰ ਮੈਸੇਜ ਕੀ ਦੇ ਰਹੇ ਨੇ ਕਿੱਥੇ ਨਾ ਕਿੱਥੇ ਅਸੀਂ ਲੋਗ ਪਾਠ ਕਰਦੇ ਨੇ ਬਾਣੀ ਪੜ੍ਹਦੇ ਨੇ ਲੋਗ ਉਸ ਨੂੰ ਯਾਦ ਵੀ ਕਰਦੇ ਨੇ ਪਰ ਜਿਹੜੀ ਬਿਹਾਈਂਡ ਦੀ ਲਾਈਨ ਦੀ ਗੱਲ ਹੈ ਜਿਹੜਾ ਮੈਸੇਜ ਜਿਹੜਾ ਸਿਧਾਂਤ ਜਿਹੜਾ ਮੈਂ ਸਿੱਧਾ ਕਹਾਂ ਕਿ ਵੀ ਆਰ ਵੀ ਆਰ ਰੀਡਿੰਗ ਇਟ ਵੀ ਆਰ ਅੰਡਰਸਟੈਂਡਿੰਗ ਇਟ ਬਟ ਵੀ ਆਰ ਨਾਟ ਲਿਵਿੰਗ ਇਟ ਤੇ ਲਿਵਿੰਗ ਤਾਂ ਹੋਏਗੀ ਜਦੋਂ ਸਾਨੂੰ ਬਿਹਾਈਂਡ ਦੀ ਲਾਈਨ ਮੈਸੇਜ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਕੀ ਰਹੇ ਨੇ ਮਸਲਨ ਮੈਂ ਅਕਸਰ ਮੈਂ 1 ਸਾਲ ਵਿੱਚ ਇੱਕ ਸਹਿਜ ਪਾਠ ਕਰਦਾ 1 ਸਾਲ ਦੇ ਵਿੱਚ ਵਿਦ मीनिंग्स ਤੋਂ ਕਰਦਾ ਤਾਂ ਮੈਂ ਲਗਭਗ 14 ਮੈਂ ਕਰ ਚੁੱਕਿਆ 15ਵਾਂ ਮੇਰਾ ਸ਼ੁਰੂ ਹੈ ਤਾਂ ਮੈਂ ਮੇਰਾ ਇਹ ਆਪਣਾ ਅਨੁਭਵ ਹੈ ਇਹ ਕਹਿੰਦੇ ਨੇ ਕਿ ਤਜਰਬਾ ਵੱਡਾ ਹੈ ਜਾਂ ਇਲਮ ਤੇ ਸ਼ਾਸਤਰਾਂ 'ਚ ਲਿਖਿਆ ਕਿ ਹਮੇਸ਼ਾ ਤਜਰਬਾ ਹੀ ਵੱਡਾ ਹੈ ਉਹ ਤਜਰਬਾ ਵੀ ਹੋ ਜਿਹੜਾ ਆਪ ਕੀਤਾ ਹੋਏ ਤਾਂ ਤਜਰਬਾ ਇਹ ਹੈ ਕਿ ਮੈਂ ਜਦੋਂ 8ਵੀਂ ਵਾਰ ਪਾਠ ਕਰ ਰਿਹਾ ਸੀ ਤੇ ਇੱਕ ਧੁੱਕ ਆ ਗਈ ਬਾਣੀ ਦੀ ਨਿਵਾਜ਼ ਸੋਈ ਜੋ ਨਿਆਉ ਵਿਚਾਰੇ ਤੇ ਮੈਂ ਉੱਥੇ ਰੁਕ ਗਿਆ ਮੈਂ ਸਮਝਣਾ ਚਾਹਿਆ ਵੀ ਇਹ ਗੁਰੂ ਸਾਹਿਬ ਇੱਥੇ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਤੇ ਅਖੀਰ ਮੈਨੂੰ ਸਮਝ ਆਇਆ ਕਿ ਨਿਵਾਸ ਸੋਈ ਜੋ ਨਿਆਉ ਵਿਚਾਰੇ ਗੁਰੂ ਗ੍ਰੰਥ ਸਾਹਿਬ ਇੱਕ ਮੁੱਲੇ ਨੂੰ ਮੁਖਾਤਬ ਹੋ ਰਹੇ ਨੇ ਕਿ ਤੂੰ ਕਿਸੇ ਨਾਲ ਅਗਰ ਕੋਈ ਜ਼ਿਆਦਤੀ ਹੋ ਰਹੀ ਹੈ ਇਨਜਸਟਿਸ ਹੋ ਰਿਹਾ ਤੂੰ ਉਹਦੇ ਨਾਲ ਜਸਟਿਸ ਕਰ ਦੇ ਤੇਰੀ ਨਮਾਜ਼ ਹੋ ਗਈ ਹੁਣ ਇਹ ਹੀ ਧਰਮ ਹੈ ਕਿੱਥੇ ਨਾ ਕਿੱਥੇ ਗੁਰੂ ਸਾਹਿਬ ਸਾਨੂੰ ਵੀ ਕਹਿ ਰਹੇ ਨੇ ਕਿ ਕਿਸੇ ਨਾਲ ਅਨਿਆਇ ਹੋ ਰਿਹਾ ਉਹਦੇ ਨਾਲ ਨਿਆਇ ਕਰ ਦਿਆ ਤੇਰਾ ਇੱਕ ਜਪਜੀ ਸਾਹਿਬ ਹੋਰ ਹੋ ਗਿਆ ਤੇਰਾ ਇੱਕ ਸੁਖਮਨੀ ਸਾਹਿਬ ਹੋਰ ਹੋ ਗਿਆ ਮਤਲਬ ਕਹਿੰਦਾ ਇਹ ਹੈ ਕਿ ਨਮਾਜ਼ ਜਿਹੜੀ ਹੈ ਜਾਂ ਪਾਠ ਹੈ ਇਹ ਇਹਦਾ ਇਹ ਇਹ ਜਿਹੜਾ ਇਹ ਹੈ ਕਿਸ ਲਈ ਇਹ ਟਰਾਂਸਫਰਮੇਸ਼ਨ ਲਈ ਸੀ ਮਨੁੱਖ ਦੀ ਟਰਾਂਸਫਰਮੇਸ਼ਨ ਲਈ ਸੀ ਕਿ ਤੂੰ ਇਨਜਸਟਿਸ ਨੂੰ ਨਾ ਦੇਖ ਸਕ ਹੁਣ ਦੇਖੋ ਅ ਦਸਵੇਂ ਪਾਤਸ਼ਾਹ ਦੇ ਟਾਈਮ ਟਾਈਮ ਤੋਂ ਇਹ ਚੱਲਦਾ ਆ ਰਿਹਾ ਕਿ ਬੇਗ ਤੇਗ ਫਤਿਹ ਨਾਓ ਸੀ ਵਟ ਇਜ਼ ਦੇਗ ਤੇਗ ਫਤਿਹ ਦੇਗ ਦੇਗ ਮਤਲਬ ਲੰਗਰ ਗੁਰੂ ਸਾਹਿਬ ਦਾ ਕਲੀਅਰ ਸਾਨੂੰ ਜੋ ਹੈ بیਹਾਈਂਡ ਦੀ ਲਾਈਨ এ ਸੰਦੇਸ਼ ਹੈ ਕਿ ਦੁਨੀਆ ਦੇ ਵਿੱਚ ਕੋਈ ਭੁੱਖਾ ਨਹੀਂ ਸੋਣਾ ਚਾਹੀਦਾ ਇਸ ਲਈ ਵਿਕਟਰੀ ਓਵਰ ਹੰਗਰ ਹਮੇਸ਼ਾ ਲੰਗਰ ਚਲਾਇਓ ਦੇਗ ਫਤਿਹ ਐ ਐਂਡ ਤੇਗ ਫਤੇ ਤੇਗ ਜਿਹੜੀ ਐ ਕਿਰਪਾਨ ਐ ਇਹ ਪ੍ਰਤੀਕ ਐ ਜਸਟਿਸ ਦੀ ਕਿੱਥੇ ਅਗਰ ਜ਼ੁਲਮ ਹੋ ਰਿਹਾ ਕਿੱਥੇ ਅਨਿਆਏ ਹੋ ਰਿਹਾ ਉੱਥੇ ਜਸਟਿਸ ਦੇਣਾ ਐ ਵਿਕਟਰੀ ਓਵਰ ਇਨਜਸਟਿਸ ਬਈ ਕਿੱਥੇ ਵੀ ਕੋਈ ਇਨਜਸਟਿਸ ਨਹੀਂ ਹੋਏ ਔਰ ਮੇਰਾ ਅਕਸਰ ਇਹ ਕਹਿਣਾ ਹੈ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਔਰ ਇੱਕ ਐਸਾ ਖਾਲਸਾ ਉਹ ਇੱਕ ਐਸਾ ਸੰਦੇਸ਼ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਸਿੱਖ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਗਰ ਇਨਜਸਟਿਸ ਹੋ ਰਿਹਾ ਹੋਵੇਗਾ ਸਿੱਖ ਆਪਣੀ ਆਵਾਜ਼ ਚੱਕੇਗਾ ਤਾਂ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਬਾਣੀ ਨੇ ਸਾਡੀ ਇਸ ਤਰ੍ਹਾਂ ਟਰਾਂਸਫਰਮੇਸ਼ਨ ਕਰਨੀ ਸੀ ਲੇਕਿਨ ਉਹ ਹੋ ਨਹੀਂ پا ਰਹੀ ਉਹਦਾ ਕਾਰਨ ਇਹ ਹੈ ਕਿ ਅਸੀਂ ਸ਼ਾਇਦ ਨਿਤਨੇਮ ਨੂੰ ਅਸੀਂ ਸਿਰਫ ਪੜਨ ਤੱਕ ਜਾਂ ਉਸ ਨੂੰ ਯਾਦ ਕਰਨ ਤੱਕ ਸੀਮਤ ਕਰ ਲਿਆ ਔਰ ਕਿਸੇ بڑے بڑے ਵਿਦਵਾਨ ਨੇ ਕਿਹਾ ਕਿ ਮੈਮਰੀ ਇਜ਼ ਨਾਟ ਇੰਟੈਲੀਜੈਂਸ ਇੰਟੈਲੀਜੈਂਸ ਤਾਂ ਇਹ ਹੈ ਕਿ ਤੁਸੀਂ ਜਿਹੜੀ ਚੀਜ਼ ਪੜ੍ਹੀ ਹੈ ਉਸ ਨੂੰ ਫਿਰ ਲਿਵ ਕਰੋ ਤੋਂ ਮੇਰਾ ਜਿਹੜਾ ਜਿਹੜਾ ਤਜਰਬਾ ਹੈ ਮੇਰਾ ਜਿਹੜਾ ਅਨੁਭਵ ਹੈ ਉਹ ਮੈਂ ਜਿਹੜਾ ਦੇਖਿਆ ਸਾਖਸਾਤ ਦੇਖਿਆ ਕਿ ਮੈਂ ਲੈਬੋਰਟਰੀ ਵਰਡ ਯੂਜ਼ ਕੀਤਾ ਮੇਰੀ ਕਲਾਸ ਨੂੰ ਕਿ ਇਹ ਇੱਕ ਲੈਬੋਰਟਰੀ ਅਸੀਂ ਦੇਖੀ ਕਿ ਕਿਸ ਤਰ੍ਹਾਂ ਤੁਹਾਨੂੰ ਇੱਕ ਇਨਸਟੈਂਸ ਦੱਸਦਾ ਇੱਕ ਹਿੰਦੂ ਲੇਡੀ ਹੈ ਉਸ ਨੂੰ ਡਿਪਰੈਸ਼ਨ ਸੀ ਔਰ ਲਗਭਗ 4 ਵਾਰ ਉਸਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦਾ ਬੇਟਾ ਡਾਕਟਰ ਸੀ ਉਹਨੇ ਕਿਹਾ ਕਿ ਤੁਸੀਂ ਪਾਰਕ ਜਾਓ ਧਰਮ ਸਥਾਨ ਤੇ ਜਾਓ ਉਹ Hindu lady ਸੀ ਉਹ ਗੁਰਦੁਆਰੇ ਆ ਗਈ ਨਾਨਕ ਪਾਉ ਉੱਥੇ ਉਸਨੇ ਦੇਖਿਆ ਸਾਡਾ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਰਸ ਚੱਲ ਰਿਹਾ ਉਹ ਸਾਡੇ ਕੋਲ ਲਈ ਔਰ ਯੂ ਬਲੀਵ ਮੀ ਕਿ ਉਹ ਉਸਨੇ ਸਾਡੇ ਕੋਲ ਜਦੋਂ ਕੋਰਸ ਕੀਤਾ ਡਿਊਰਿੰਗ ਕੋਰਸ ਹੀ ਮੈਂ ਦੇਖ ਰਿਹਾ ਸੀ ਉਹਦਾ ਚਿਹਰਾ ਕਿ ਉਹਦੇ ਚਿਹਰੇ ਤੇ ਜੋ ਹੈ ਉਹ ਮੈਨੂੰ ਲਾਈਟ ਦੇਖਣੀ ਸ਼ੁਰੂ ਹੋ ਗਈ ਕਿਉਂਕਿ ਉਹ ਬੜੀ ਸ਼ਿੱਦਤ ਨਾਲ ਲੈਕਚਰ ਸੁਣਦੀ ਸੀ ਨੋਟ ਕਰਦੀ ਸੀ ਸਾਰੇ ਔਰ ਫਿਰ ਘਰ ਜਾ ਕੇ ਉਸ ਨੂੰ ਉਸਨੇ ਸਟੱਡੀ ਕਰਨਾ ਪੰਜਾਬੀ ਨਹੀਂ ਸੀ ਆਂਦੀ ਸਾਡਾ ਜਿਹੜਾ ਕੋਰਸ ਸੀ ਅਸੀਂ ਉਸ ਤੋਂ ਪਹਿਲੇ ਪੰਜਾਬੀ ਸਿਖਾਉਂਦੇ ਸੀ ਉਹਨੇ ਪੰਜਾਬੀ ਵੀ ਸਿੱਖੀ ਉੱਥੇ ਔਰ ਮੈਂ ਸੱਚ ਜਾਣਨਾ ਕਿ ਉਸਨੇ ਸਾਡੇ ਕੋਰਸ ਤੋਂ ਬਾਅਦ ਆਪਣਾ ਇੱਕ ਅਨੁਭਵ ਦੱਸਿਆ ਜਿਹੜਾ ਕਿ YouTube ਦੇ ਉੱਤੇ ਹੈ ਵੀ ਕਿ ਮੈਂ ਮੇਰੀ ਜ਼ਿੰਦਗੀ ਚੇਂਜ ਹੋ ਗਈ ਹੈ ਹੁਣ ਇਹ ਕੋਈ ਦਵਾਈ ਨਹੀਂ ਖਾਈ ਉਹਨਾਂ ਨੇ ਸਿਰਫ ਗੁਰਬਾਣੀ ਨੂੰ ਪੜਿਆ ਸਮਝਿਆ ਲਿਵ ਕੀਤਾ ਔਰ ਉਸ ਦੇ ਬਿਹਾਈਂਡ ਦੇ ਲਾਈਨ ਨੂੰ ਸਮਝਿਆ ਤਾਂ ਮੇਰਾ ਸਿਰਫ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੈਂ ਫਿਰ ਜਿੱਥੇ ਵਧਾਈ ਦੇਣਾ ਉੱਥੇ ਤੁਹਾਡੇ ਇਸ ਇਸ ਕੋਸ਼ਿਸ਼ ਨੂੰ ਮੈਂ ਆਪ ਰੈਨ ਕਹਿਣਾ ਕਿ ਸਾਨੂੰ ਗੁਰਮਤ ਨੂੰ ਸਿਰਫ ਆਪਣੇ ਤੱਕ ਸੀਮਤ ਨਹੀਂ ਰੱਖਣਾ ਉਸ ਪ੍ਰੋਬਲਮ ਇਹ ਆ ਗਈ ਕਿ ਅਸੀਂ ਪਹਿਲੇ ਆਪ ਹੀ ਨਹੀਂ ਸਮਝਦੇ ਤਨ ਮੈਂ ਇੱਕ ਛੋਟੀ ਜੀ ਗੱਲ ਹੋਰ ਦੱਸਾਂ ਜਿਹੜੀ ਸੱਚ ਮੁੱਚੇ ਗੱਲ ਹੋਈ ਐ ਕਿ ਸਿੰਗਾਪੁਰ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਗੁਰਤਾ ਗਰਦੀ ਦਿਵਸ ਮਨਾ ਰਹੇ ਸੀ ਤੇ ਸਿੰਗਾਪੁਰ ਦੇ ਜਿਹੜੇ ਸਿੱਖ ਨੇ ਉਹ ਚਾਇਨਾ ਦੇ ਨਾਲ ਆਏ ਹੋਏ ਸੀ ਉਹਨਾਂ ਨੇ ਚਾਇਨਾ ਦੇ ਕਿਸ ਮਿਨਿਸਟਰ ਨੂੰ ਵੀ ਉੱਥੇ ਬੁਲਾ ਲਿਆ ਵੀ ਆਈਪੀ ਵੀ ਸਾਡਾ ਗੁਰਪੁਰਬ ਹੈ ਤੁਸੀਂ ਆਓ ਆ ਉੱਥੇ ਸਿੱਖਾਂ ਨੇ ਜਦੋਂ ਲੈਕਚਰ ਕੀਤੇ ਉਹਨਾਂ ਨੇ ਕਿਹਾ ਕਿ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਹਿਊਮੈਨਿਟੀ ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ 올 유니버스 에 ਸਭ ਦਾ ਗੁਰੂ ਹੈ ਸ਼ਬਦ ਗੁਰੂ ਸਭ ਦਾ ਗੁਰੂ ਹੈ ਅ ਐਂਡ ਵਿੱਚ ਜਦੋਂ ਚੀਨ ਦੇ ਮਿਨਿਸਟਰ ਨੂੰ ਆਨਰ ਕਰਨ ਲੱਗੇ ਉਹਨੇ ਕਿਹਾ ਕਿ ਮੈਂ 2 ਮਿੰਟ ਬੋਲਣਾ ਚਾਹਨਾ ਤੇ ਚੀਨ ਦਾ ਮਿਨਿਸਟਰ ਇਹ ਸੱਚ ਗੱਲ ਦੱਸ ਰਿਹਾ ਮੇਰਾ ਦੋਸਤ ਉੱਥੇ ਬੈਠਾ ਸੀ ਚੀਨ ਦਾ ਮਿਨਿਸਟਰ ਕਹਿੰਦਾ ਕਿ ਆਈ ਕੈਨ ਨਾਟ ਰੀਡ ਇਟ ਗੁਰੂ ਗ੍ਰੰਥ ਸਾਹਿਬ ਵਾਲ ਇਸ਼ਾਰਾ ਕਰਕੇ ਕਹਿੰਦਾ ਆਈ ਕੈਨ ਨਾਟ ਰੀਡ ਇਟ ਆਈ ਕੈਨ ਨਾਟ ਅੰਡਰਸਟੈਂਡ ਇਟ ਅਗਰ ਉਹ ਫਿਰ ਕੁਐਸਚਨ ਕਰਦਾ ਹੈ ਕਿ ਹਾਊ ਇਟ ਕੈਨ ਬੀ ਮਾਈ ਗੁਰੂ ਉਹ ਸੁਣ ਕੇ ਮੇਰੇ ਦੋਸਤ ਨੇ ਜਦੋਂ ਇੱਥੇ ਦਿੱਲੀ ਆਇਆ ਮੈਨੂੰ ਦੱਸਿਆ ਮੈਂ ਕਿਹਾ ਯਾਰ ਇਹ ਪ੍ਰੋਬਲਮ ਤਾਂ ਸਿਰਫ ਚੀਨ ਦੇ ਮਿਨਿਸਟਰ ਦੀ ਕੀ ਹੈ ਇਹ ਤਾਂ ਸਾਰੇ ਤੋਂ ਮੈਂ ਮੈਂ ਇਹ ਜਿਹੜੀ ਗੱਲ ਤੁਹਾਨੂੰ ਇਸੇ ਲਈ ਕਹਿ ਰਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਗੁਰਮਤ ਹੈ ਵੀ ਹੈ ਵੀ ਕਿ ਹੈਲੋ ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਹਾਂਜੀ ਗੁਰਮਤ ਦਾ ਦਾ ਮਤਲਬ ਜਿਹੜੀ ਹੈ ਕਿ ਅਸੀਂ ਅਸੀਂ ਇਸ ਨੂੰ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਲੋਕਾਂ ਦੇ ਜ਼ਹਿਨਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਨੇਹ ਅਸੀਂ ਨਹੀਂ ਪਾਵਾਂਗੇ ਬਦਕਿਸਮਤੀ ਇਹ ਹੈ ਕਿ ਅ ਬੱਚੇ ਅੱਜ ਸਾਡੇ ਜਿਹੜੇ ਨੇ ਉਹ ਗੁਰਮੁਖੀ ਉਹਨਾਂ ਨੂੰ ਪੜ੍ਹਨੀ ਲਿਖਣੀ ਨਹੀਂ ਆਰੀ ਪੜ੍ਹਨੇ ਲਿਖਨੇ ਕਿ ਮੈਂ ਮਾਤਾ ਸੁੰਦਰੀ ਕਾਲਜ ਦੀ ਮੈਨੇਜਮੈਂਟ ਕਮੇਟੀ ਵਿੱਚ ਆ ਤੇ ਉੱਥੇ ਜਦੋਂ ਬੱਚੇ ਆਉਂਦੇ ਨੇ ਸਿੱਖ ਬੱਚੀਆਂ ਤੇ ਬੱਚੀਆਂ ਦਾ ਇੱਕ ਕਾਲਜ ਹੈ ਤੇ ਮੈਂ ਕਈ ਵਾਰੀ ਉਹ ਹਿੰਦੀ ਚ ਬੋਲਦੀਆਂ ਨੇ ਮੈਂ ਪੁੱਛਦਾ ਮੈਂ ਬੇਟਾ ਪੰਜਾਬੀ ਆਂਦੀ ਹੈ ਉਹ ਕਹਿੰਦੀ ਨਹੀਂ ਹਮੇ ਪੰਜਾਬੀ ਬੋਲਣੀ ਨਹੀਂ ਆਤੀ ਨਾਓ ਥਿਸ ਇਜ਼ ਦਾ ਪ੍ਰੋਬਲਮ ਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿੱਚ ਹੈ ਔਰ ਬੱਚਿਆਂ ਨੂੰ ਪੰਜਾਬੀ ਲਿਖਣੀ ਪੜਨੀ ਤਾਂ ਕੀ ਬੋਲਣੀ ਵੀ ਨਹੀਂ ਆ ਰਹੀ ਤੋਂ ਮੈਂ ਕਹਿਣਾ ਇਹ ਚਾਰਿਆਂ ਕਿ ਇਸ ਸਮੇਂ ਜਿਸ ਦੌਰ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਇਹ ਦੌਰ ਜਿਹੜਾ ਹੈ ਇਹ ਦੌਰ ਬੜਾ ਨਾਜ਼ੁਕ ਹੈ। ਔਰ ਇਸ ਦੌਰ ਦੇ ਵਿੱਚ ਸਾਨੂੰ ਇੱਕ ਵਾਰ ਲੈਵਲ ਤੇ ਵਾਰ ਲੈਵਲ ਤੇ ਔਰ ਸਭ ਨੂੰ ਆਪਣੀ ਇਹ ਜ਼ਿੰਮੇਵਾਰੀ ਇਹ ਰਿਸਪੋਨਸਿਬਿਲਟੀ ਲੈਣੀ ਪੈਗੀ ਕਿ ਘਟੋ ਘਟ ਮੈਂ ਆਪਣੇ ਪਰਿਵਾਰ ਨੂੰ ਤਾਂ ਇਸ ਪਾਸੇ ਕਰਾਂ। ਮੇਰਾ ਪਰਿਵਾਰ ਠੀਕ ਹੈ ਤੇ ਫਿਰ ਮੈਂ ਬਾਹਰ ਵੀ ਕੋਸ਼ਿਸ਼ ਕਰਾਂ। ਤੋਂ ਇਹ ਸਾਡੇ ਲਈ ਇੱਕ ਚੈਲੰਜ ਹੈ। ਬਦਕਿਸਮਤੀ ਇਹ ਹੋ ਗਈ ਕਿ ਪਿਛਲੇ 10 12 15 ਸਾਲਾਂ ਤੋਂ ਮੈਂ ਕਹਿਣਾ ਬੜਾ ਆਸਾਨ ਹੈ ਭਾਵੇਂ ਲੇਕਿਨ ਇਹ ਇਹ ਦਿਖ ਰਿਹਾ ਹੈ ਕਿ ਚਾਹੇ ਸਾਡੀ ਲੀਡਰਸ਼ਿਪ ਪੋਲੀਟੀਕਲ ਲੀਡਰਸ਼ਿਪ ਹੈ ਚਾਹੇ ਉਹ ਧਾਰਮਿਕ ਲੀਡਰਸ਼ਿਪ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨਿਗਾਰ ਆ ਗਿਆ ਕਾਰਨ ਇਹ ਇਲੈਕਸ਼ਨ ਸਿਸਟਮ ਜਿਵੇਂ ਮੈਂ ਕਿਹਾ ਇਸ ਇਲੈਕਸ਼ਨ ਦੇ ਵਿੱਚ ਐਸੇ ਐਸੇ ਲੋਕ ਜਿੱਤ ਕੇ ਆ ਗਏ ਜਿਨ੍ਹਾਂ ਦਾ ਸਿੱਖੀ ਨਾਲ ਗੁਰਮਤ ਨਾਲ ਸਿੱਖ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਇਸਲੇ ਇਸ ਲਈ ਮੈਨੂੰ ਲੱਗਦਾ ਹੈ ਕਿ ਇੱਕ ਸੰਗਤ ਵਿੱਚ ਬੜੇ ਵੱਡੇ ਲੈਵਲ ਤੇ ਸਾਨੂੰ ਇੱਕ ਅਵੇਅਰਨੈਸ ਮੂਵਮੈਂਟ ਚਲਾਨੀ ਪੈਗੀ ਕਿ ਸਿੱਖ ਨੂੰ ਪਤਾ ਤਾਂ ਹੋਣਾ ਚਾਹੀਦਾ ਹੈ ਆਮ ਸਿੱਖ ਨੂੰ ਕਿ ਮੈਂ ਜਿਸ ਨੂੰ ਉੱਤੇ ਭੇਜ ਰਿਆਂ ਗੁਰਦੁਆਰਾ ਕਮੇਟੀ ਵਿੱਚ ਉਸ ਬੱਚੇ ਬੰਦੇ ਨੂੰ ਉਹਦੇ ਚ ਲਿਆਕਤ ਹੈ ਕਿ ਨਹੀਂ ਉਹਦੇ ਚ ਗੁਰਮਤਿ ਉਹਦੇ ਚ ਉਹਦੇ ਵਿੱਚ ਕੋਈ ਸਿੱਖੀ ਦਾ ਉਹਨੂੰ ਗਿਆਨ ਹੈ ਕਿ ਨਹੀਂ ਹੈ ਔਰ ਪੜਿਆ ਲਿਖਿਆ ਹੋਣਾ ਚਾਹੀਦਾ ਕਿਉਂਕਿ ਉਹਨੇ ਜਾ ਕੇ ਉਹਨਾਂ ਨੇ ਹੀ ਇੰਤਜ਼ਾਮ ਕਰਨਾ ਹੈ ਸਕੂਲਾਂ ਦਾ ਹਸਪਤਾਲਾਂ ਦਾ ਤੋ ਇਸ ਮੋਹਮ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਇੱਕ ਅਵੇਅਰਨੈਸ ਮੂਵਮੈਂਟ ਜਿਹੜੀ ਹੈ ਉਹ ਚਲਾਨੀ ਚਾਹੀਦੀ ਹੈ ਔਰ ਉਹ ਬੜੀ ਜ਼ਰੂਰੀ ਵੀ ਹੈ ਤੋ ਉਸ ਉਸ ਮੂਵਮੈਂਟ ਨੂੰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਸ਼ੁਰੂਆਤ ਕਰਦੇ ਹੀ ਤਾਂ ਉਸ ਸ਼ੁਰੂਆਤ ਦੇ ਵਿੱਚ ਅ ਅ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਅ ਜੇ ਜੇ ਕੋਸ਼ਿਸ਼ ਆ ਗੁਰੂ ਮਹਾਰਾਜ ਅਰਦਾਸ ਕਰੀਏ ਤੁਸੀਂ ਜਦੋਂ ਮੈਂ ਜੁਆਇਨ ਕੀਤਾ ਤੇ ਤੁਸੀਂ ਮੂਲ ਮੰਤਰ ਪੜ੍ਹ ਰਹੇ ਸੀ ਚੰਗਾ ਲੱਗਿਆ ਤੇ ਅਰਦਾਸ ਕਰੀਏ ਸੀ ਕਿ ਇਹ ਮੂਵਮੈਂਟ ਜਿਹੜੀ ਹੈ ਇੱਕ ਬੜੀ ਮਾਸ ਮੂਵਮੈਂਟ ਬਣ ਜਾਵੇ ਇੱਥੋਂ ਹੀ ਸ਼ੁਰੂ ਹੋਈ ਏ ਵੀਰ ਜੀ ਜਿਹੜੇ ਸਕੇਤ ਦੇ ਸ਼ਾਇਦ ਮੁਖ ਸੇਵਾਦਾਰ ਨੇ ਸਕੇਤ ਸਿੰਘ ਸਭਾ ਵੀ ਬੜੀ ਕੈਂਦੀ ਕਾਂਦੀ ਸਿੰਘ ਸਭਾ ਮੈਂ ਇੱਕ ਅੱਧੀ ਵਾਰ ਗਿਆ ਉੱਥੇ ਜਿਆਦਾ ਨਹੀਂ ਗਿਆ ਜਿਆਦਾ ਮੈਂ ਇਹ ਮਾਲਵੀਂ ਨਗਰ ਦੀ ਗ੍ਰੇਟਰ ਕਲਾਸ਼ ਦੀ ਜਾਂ ਇੱਕ ਸੂਰਿਆ ਨਗਰ ਇਸ ਤਰ੍ਹਾਂ ਦੀਆਂ ਅਸੀਂ ਮੂਵਮੈਂਟ ਚਲਾਈ ਸੀ ਪਿੱਛੇ ਕਿ ਗੁਰਦੁਆਰਿਆਂ ਦੇ ਵਿੱਚ ਇੱਕ ਸੈਮੀਨਾਰ ਕਲਚਰ ਵੀ ਆਣਾ ਚਾਹੀਦਾ ਵਿਚਾਰ ਕਲਚਰ ਵੀ ਆਣਾ ਚਾਹੀਦਾ ਗੁਰਦੁਆਰਿਆਂ ਸਿਰਫ ਕੀਰਤਨ ਜਾਂ ਜਿਹੜੀ ਕਥਾ ਹੈ ਉਹ ਉਹ ਐਕਚੁਅਲੀ ਪ੍ਰੋਬਲਮ ਹੈ ਸਰ ਕਿ ਮੈਂ ਫਿਰ ਕਹਾਂ ਕਿ ਜਿੰਨਾ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੀ ਗੱਲ ਪਹੁੰਚਾਉਣਾ ਚਾਹੁੰਦੇ ਆ ਉਹ ਜਿਹੜੀ ਭਾਸ਼ਾ ਗੁਰਦੁਆਰੇ ਵਿੱਚ ਜਿਹੜੀ ਲੈਂਗੁਏਜ ਬੋਲੀ ਜਾ ਰਹੀ ਹੈ ਉਹ ਸਾਡੇ ਬੱਚੇ ਉਹਨੂੰ ਗ੍ਰੈਬ ਨਹੀਂ ਕਰ ਪਾ ਰਹੇ ਉਹਨੂੰ ਸਮਝ ਨਹੀਂ ਪਾ ਰਹੇ ਤੇ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਗੁਰਦੁਆਰਿਆਂ ਦੇ ਵਿੱਚ ਅਗਰ ਸੈਮੀਨਾਰ ਟਾਈਪ ਜਾਂ ਵਿਚਾਰ ਟਾਈਪ ਕੋਈ ਗੱਲ ਹੋਵੇ ਜਿਹੜੇ ਸਾਡੇ ਬੱਚੇ ਨੌਜਵਾਨ ਬੱਚੇ ਜਿਹੜੇ ਨੇ ਉਸ ਨੂੰ ਸਮਝ ਸਕਣ ਤੇ ਸ਼ਾਇਦ ਇੱਕ ਜਿਹੜੀ ਇੱਕ ਪੋਜ਼ਿਟਿਵ ਅਸਪੈਕਟ ਹੋ ਸਕਦਾ ਹੈ ਔਰ ਦੂਸਰਾ ਆਪਣੇ ਆਪਣੇ ਲੈਵਲ ਤੇ ਅਸੀਂ ਇੱਕ ਜ਼ਿੰਮੇਵਾਰੀ ਸਮਝੀ ਆਪਣੀ ਫਰਜ਼ ਵੀ ਹੈ ਜ਼ਿੰਮੇਵਾਰੀ ਵੀ ਹੈ ਸਾਡੇ ਗੁਰੂ ਨੇ ਸਾਨੂੰ ਜੇ ਸਿੱਖ ਦੇ ਘਰ ਜਨਮ ਦਿੱਤਾ ਮੈਂ ਬੜੀ ਵਾਰ ਕਹਿਣਾ ਕਿ ਮੈਂ ਜਦੋਂ ਸ਼ੁਰੂਆਤ ਸੇ ਆਮ ਸਿੱਖ ਬਾਈ ਚਾਂਸ ਸਿੱਖ ਪਿਤਾ ਦੇ ਘਰ ਜਨਮ ਹੋ ਗਿਆ ਤੇ ਜ਼ਰੂਰੀ ਸੀ ਸਿੱਖ ਬਾਈ ਚੁਆਇਸ ਤਾਂ ਸਿੱਖੀ ਬਾਈ ਚੁਆਇਸ ਜਿਹੜੀ ਹੈ ਹੁਣੇ ਸਟੇਜ ਤੇ ਸਿੱਖੀ ਬਾਈ ਚੁਆਇਸ ਹੈ ਤੇ ਇਸ ਨੂੰ ਅਸੀਂ ਘਰ ਘਰ ਪੁੰਚਾਈਏ ਵੀ ਸਿੱਖ ਬਾਈ ਚਾਂਸ ਤੇ ਸਿੱਖ ਬਾਈ ਚੁਆਇਸ ਜਿਹੜੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਬਹੁਤ ਜ਼ਰੂਰੀ ਹੈ ਜਿਹੜੇ ਗੱਲ ਕਰ ਰਹੇ ਆ ਪਿਆਪਾ ਨੈਕਸਟ ਜਿਹੜਾ ਕਰੀਏ ਮੇਰੀ ਸੁਜੈਸ਼ਨ ਹੈ ਪਲੀਜ਼ ਤੁਸੀਂ ਇਹ ਸੁਜੈਸ਼ਨ ਨੋਟ ਕਰੋ ਕਿ ਅਸੀਂ 45 50 ਮਿੰਟ ਦਾ ਅਗਰ ਰੱਖੀਏ ਇੱਕ ਪ੍ਰੋਗਰਾਮ ਇੱਕ ਕਲਾਸ ਉਹਦੇ ਵਿੱਚ 20 25 ਮਿੰਟ ਦਾ ਇੱਕ ਲੈਕਚਰ ਹੋ ਜਾਏ ਕਿਸੇ ਵੀ ਟਾਪਿਕ ਤੇ ਔਰ ਉਸ ਤੋਂ ਬਾਅਦ ਫਿਰ ਡਿਸਕਸ਼ਨ ਹੋ ਜਾਏ ਔਰ ਆਪਣੀ ਇਸ ਇਸ ਜਿਹੜੀ ਇਹ ਜਿਹੜਾ ਸਾਡਾ ਇਕੱਠ ਹੈ ਇਸ ਇਕੱਠ ਨੂੰ ਹੋਰ ਵਾਈਡ ਕਰੀਏ ਵੱਧ ਤੋਂ ਵੱਧ ਬੰਦੇ ਅਸੈਸ ਦੇ ਨਾਲ ਜੋੜੀਏ ਤਾਂ ਕਿ ਸਾਡਾ ਇਹ ਮੈਸੇਜ ਅ ਅੱਗੇ ਤੱਕ ਜਾਏ ਤਾਂ ਮੇਰੀਆਂ ਐਨਆਈ ਬੇਨਤੀਆਂ ਨੇ ਕੋਈ ਤੁਹਾਡਾ ਕੋਈ ਗੁਰਮਤ ਸਬੰਧੀ ਜਾਂ ਕੋਈ ਸਬੰਧੀ ਜੋ ਮੈਂ ਹੁਣ ਤੱਕ ਜਿੰਨਾ ਕੁ ਮੈਨੂੰ ਸਮਝ ਆਇਆ ਬੜੇ ਸ਼ਾਰਟ ਨੋਟਿਸ ਤੇ ਮੈਨੂੰ ਐਕਚੁਅਲੀ ਅ ਅੱਜ ਹੀ ਵੀਰ ਜੀ ਨੇ ਦੱਸਿਆ ਕਿ ਸ਼ਾਮੀ 6 6:30 ਵਜੇ ਕਲਾਸ ਹੈਗੀ ਤੇ ਇੱਕ ਦੋ ਭੋਗ ਸੀ ਮੈਨੂੰ ਉੱਥੇ ਜਾਣਾ ਪਿਆ ਮੈਂ ਪੂਰੀ ਲੈਕਚਰ ਕਰਨਾ ਹੋਏ ਤੇ ਮੈਨੂੰ ਥੋੜੀ ਜੀ ਤਿਆਰੀ ਕਰਨੀ ਪੈਂਦੀ ਹੈ ਤੇ ਮੈਂ ਬਿਨਾਂ ਤਿਆਰੀ ਦੇ ਬੈਠਾ ਜਿੰਨਾ ਕੁ ਗੁਰੂ ਮਹਾਰਾਜ ਨੇ ਮੈਨੂੰ ਆ ਗੱਲ ਕਰਨ ਦੀ ਸੰਰਤ ਨੇ ਕਿਹਾ ਕੀਤਾ ਹੈ ਕੋ